मैं थोड़ा स्वागत करता न्यूज़ 89 पंजाब दे विच संदीप चौधरी ते तुहानूं पता ही है कि 2022 दे चुनाव हुण नेड़े हैं ते हर पार्टी दा वर्कर जिहड़ा है वह टिकट की मंग नूं लैके जद्दोजहद लगातार उन्हां दी जारी है चाहे वह कोई भी पार्टी का होवे सब नूं यह उम्मीद है कि टिकट जिहड़ी है उन्हां नूं मिलेगी ते विधानसभा 2022 उही लड़नगे। काफ़ी स्टोरियां न्यूज़ 89 पंजाब समय समय से तुहानू दिखांदा आ रहा राजनीतिक लोकां दियां किस तरह बोर्डा दी राजनीति चल रही है किस तरह एक दूजे ते वार पलटवार दी राजनीति चल रही है ते असीं अज तुहानू लै के आए हाँ एक इहो जिहे अकाली परिवार दे नाल संबंध रखण वाले जिहड़े कि अकाली दल दे टकसाली आगू भी कहा जा सकदा इन्हां नूं बड़े पुराने अकाली दल परिवार दे नाल जुड़े हुए हैं ते काफ़ी देर तो अकाली दल बादल दे विच सेवावां निभा रहे हैं किस तरह इन्हां दा पिछोकड़ है साडे नाल मौजूद है हरपाल सिंह सराओ ते आपां उन्हां नाल गलबात करांगे पूरी गलबात करांगे राजपुरे च जो भी इस टाइम राजनीति चल रही है ते जिहड़े जिहड़े बोर्डां दी राजनीति चल रही है ते जो भी लोग टिकटां दी मंग कर रहे हैं किहड़े लोकां नूं टिकटां मिलनी चाहीदियां किहड़े लोग उर तों 2022 जीत सकदे हैं साडे नाल मौजूद हैं हरपाल सराओ जी मैं थोड़ा स्वागत करता न्यूज़ 89 पंजाब दे विच पहला तुसी अपने बारे दसो कि कितना टाइम तुहानू अकाली दल दे विच हो गया। पहला तो मैं थोड़े न्यूज़ 89 का बहुत बहुत धन्यवाद करदा हाँ जिन्हां ने थानू लोग सारी जनता दे रूबरू करा रहे हैं। मेरा परिवार मुढ़ तो ही श्रोमणी अकाली दल दे नाल है 1977 तो मैं एक्टिवली तौर पर श्रोमणी अकाली दल नाल चलदा आ रहा ਅਤੇ ਵੱਖ-ਵੱਖ ਅਹੁਦਿਆਂ ਤੇ 10 ਸਾਲ ਪ੍ਰਧਾਨ ਵੀ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹੇ 'ਚ ਵੀ ਅਹੁਦੇਦਾਰੀਆਂ ਰਹੀਆਂ ਪੰਜਾਬ 'ਚ ਵੀ ਮੇਰੇ ਕੋਲ ਜਥੇਬੰਦਕ ਸਕੱਤਰ ਰਹੇ ਇਸ ਕਰਕੇ ਸਾਡਾ ਪਰਿਵਾਰ ਵੱਡਾ ਪਰਿਵਾਰ ਹੈ ਰਾਜਪੁਰੇ 'ਚ ਹੀ ਰਹਿ ਰਹੇ ਹੈ ਸਾਰੇ ਹੀ ਅਕਾਲੀ ਦਲ ਦੇ ਨਾਲ ਹੈ। ਅਕਾਲੀ ਦਲ ਤੋਂ ਟਿਕਟ ਦੀ ਮੰਗ ਕਰਦੇ ਹੋ 2022 ਦੇ ਚੋਣਾਂ ਆ ਕੇ ਬੋਰਡ ਜਗ੍ਹਾ ਜਗ੍ਹਾ ਲੱਗੇ ਆ ਤੁਹਾਡੇ ਬੋਰਡ ਦੇਖ ਰਹੇ ਹਾਂ ਅਸੀਂ ਅਕਾਲੀ ਦਲ ਦੀ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਕਿੰਨਾ ਕੁ ਵੱਡਾ ਆਪਣੇ ਆਪ ਨੂੰ ਦਾਅਵੇਦਾਰ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ। 2011 ਦੀ ਜਨਗਣਨਾ ਦੇ ਮੁਤਾਬਕ 32% ਬੋਰਡ ਐਸੀ ਭਾਈਚਾਰੇ ਦੀ ਹੈ ਅਤੇ ਪਛੜੀਆਂ ਸ਼੍ਰੇਣੀਆਂ ਦੀ 34% ਵੋਟ ਹੈ ਇਸ ਕਰਕੇ ਲਗਭਗ 66% ਵੋਟ ਐਸੀ ਅਤੇ ਬੀਸੀ ਭਾਈਚਾਰੇ ਦੀ ਹੈ। ਐਸੀ ਭਾਈਚਾਰੇ ਨੂੰ ਪਟਿਆਲੇ ਜ਼ਿਲ੍ਹੇ 'ਚ ਦੋ ਟਿਕਟਾਂ ਨਾਭਾ ਅਤੇ ਸਤਰਾਣਾ ਆਲਰੇਡੀ ਮਿਲ ਚੁੱਕੀ ਹੈ ਕਿਉਂਕਿ ਉਹਨਾਂ ਵਾਸਤੇ ਰਿਜ਼ਰਵ ਹੈ। ਅਸੀਂ ਕਹਿ ਰਹੇ ਹਾਂ ਵੀ ਸਾਡੇ ਬੀਸੀ ਪਛੜੀਆਂ ਸ਼੍ਰੇਣੀਆਂ ਵੱਲੋਂ ਸਾਰੇ ਭਾਈਚਾਰੇ ਨੇ ਇਕੱਠ ਕਰਕੇ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਤੁਸੀਂ ਸਾਡੀ ਹੋਈ ਸੀ ਉੱਚ ਮੰਗ ਉੱਠੀ ਸੀ ਵੀ ਕਿਸੇ ਵੀ ਸਾਡੇ ਬੰਦੇ ਨੂੰ ਮੈਰਿਟ ਦੇ ਆਧਾਰ 'ਤੇ ਟਿਕਟ ਦਿੱਤੀ ਜਾਏ ਸੋ ਸਾਰੇ ਬੰਦਿਆਂ ਦਾ ਦੁਬਾਰਾ ਫਿਰ ਇਕੱਠ ਹੋਇਆ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਅੱਗੇ ਹੋ ਕੇ ਚੱਲੋ ਕਿ ਅਸੀਂ ਪਹਿਲਾਂ ਸਾਡੇ ਬੀ ਸੀ ਵਿੰਗ ਦੇ ਪ੍ਰਧਾਨ ਸਰਦਾਰ ਗਾਵੜੀਆ ਜੀ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅਤੇ ਜਿੰਨੀ ਸਾਡੀ ਹਾਈ ਕਮਾਂਡ ਹੈ ਉਹਨਾਂ ਕੋਲ ਮੰਗ ਆਪਣੀ ਰੱਖੀ ਹੈ ਕਿ ਇਸ ਏਰੀਏ 'ਚ ਜ਼ਿਲ੍ਹੇ 'ਚ ਜੇ ਕਾਂਗਰਸ ਪਾਰਟੀ ਵਾਲੇ 3 ਬੀ ਸੀ ਵਿੰਗ ਦੇ ਕੈਂਡੀਡੇਟਾਂ ਨੂੰ ਟਿਕਟ ਦੇ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਸਕਦੇ ਹੈ ਤਾਂ ਅਕਾਲੀ ਦਲ ਕਿਉਂ ਨਹੀਂ ਸਾਨੂੰ ਇਸ ਟਿਕਟ ਨਾਲ ਦਿੰਦਾ ਕਿਉਂਕਿ ਇਹ ਟਿਕਟ ਪਹਿਲੀ ਵਾਰ ਹੁਣ ਅਕਾਲੀ ਦਲ ਬੀ ਜੇ ਪੀ ਦੀ ਸਾਂਝੀ ਹੁੰਦੀ ਸੀ ਇਹ ਖਾਲੀ ਹੋਈ ਹੈ। ਸਾਡੀ ਮੰਗ ਹੈ ਕਿ ਇਸ ਟਿਕਟ 'ਤੇ ਓ ਬੀ ਸੀ ਦਾ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਏ ਇਸ ਕਰਕੇ ਮੈਂ ਇਸ ਟਿਕਟ 'ਤੇ ਅਸੀਂ ਦਾਅਵਾ ਵੀ ਪੇਸ਼ ਕੀਤਾ ਹੋਇਆ। ਤੁਹਾਨੂੰ ਐਂ ਨਹੀਂ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਮੈਨੂੰ ਵਰਕਰ ਘੱਟ ਲੱਗਦੇ ਹੈ ਅਤੇ ਟਿਕਟ ਦੇ ਦਾਅਵੇਦਾਰ ਜ਼ਿਆਦਾ ਲੱਗਦੇ ਹੈ ਬੋਰਡ ਬਹੁਤ ਲੱਗੇ ਹੋਏ ਹੈ ਕੁਛ ਲੋਕ ਬਾਹਰੋਂ ਆ ਕੇ ਟਿਕਟ ਮੰਗ ਰਹੇ ਹੈ ਸ਼ਹਿਰ ਦੇ ਵਿੱਚ ਕੁਛ ਸ਼ਹਿਰ ਦੇ ਵਿੱਚ ਰਹਿ ਕੇ ਟਿਕਟ ਦੀ ਮੰਗ ਕਰ ਰਹੇ ਹੈ ਇਸ ਦੇ ਵਿੱਚ ਸਨਿਓਰਟੀ ਕਿਸ ਤਰ੍ਹਾਂ ਤੈਅ ਕੀਤੀ ਜਾਏਗੀ ਵੀ ਕਿਸ ਨੂੰ ਟਿਕਟ ਦਿੱਤੀ ਜਾਵੇ ਅਤੇ ਕਿਉਂਕਿ ਬੋਰਡ ਦੀ ਰਾਜਨੀਤੀ ਚੱਲ ਰਹੀ ਹੈ ਜਿੱਥੇ ਬੋਰਡ ਲੱਗਦਾ ਹੈ ਚਰਨਜੀਤ ਸਿੰਘ ਬਰਾੜ ਆ ਗਏ ਉਹ ਟਿਕਟ ਦੀ ਮੰਗ ਕਰ ਰਹੇ ਆ ਉਹ ਪੱਕੇ ਦਾਅਵੇਦਾਰ ਆਪਣੇ ਆਪ ਨੂੰ ਕਹਿ ਰਹੇ ਕਿ ਮੈਨੂੰ ਹੀ ਟਿਕਟ ਮਿਲੇਗੀ ਕਿਸ ਤਰ੍ਹਾਂ ਆਪਾਂ ਕਿਸ ਤਰ੍ਹਾਂ ਇਕੱਠੇ ਹੋਵਾਂਗੇ ਅਤੇ 2022 ਦੇ ਚੋਣਾਂ ਕਿਸ ਤਰ੍ਹਾਂ ਲੜਾਂਗੇ ਆਪਾਂ। ਗੱਲ ਇਸ ਤਰ੍ਹਾਂ ਜੀ ਜਿਹੜੀਆਂ 45 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਜੀ ਨੇ ਜਿਹੜੀਆਂ ਪੱਕੀਆਂ ਉਹ ਤਾਂ ਪਹਿਲਾਂ ਹੀ ਐਲਾਨ ਕੀਤੀਆਂ। ਇਹ ਰਾਜਪੁਰੇ 'ਚ ਇੱਕ ਗੱਲ ਹੋਰ ਹੈ ਨਾ 1,80,000 ਦੇ ਕਰੀਬ ਵੋਟ ਹੈ ਜਿਸ 'ਚੋਂ 50% ਵੋਟ ਸਾਡੇ ਸ਼ਹਿਰ 'ਚ ਹੈ
50% ਪਿੰਡਾਂ 'ਚ। ਕਿਆ 1,80,000 ਵੋਟਰਾਂ 'ਚੋਂ ਇੱਕ ਵੀ ਬੰਦਾ ਲੋਕਲ ਹੈ ਜਿਹਨੂੰ ਟਿਕਟ ਨਹੀਂ ਮਿਲ ਸਕਦੀ? ਕਿਆ ਇਹਨਾਂ 'ਚ ਰਾਜਪੁਰੇ ਦੇ ਜਿਹੜੇ ਜਨਮੇ ਬੱਚੇ ਹੈ ਜਾਂ ਜਿਹੜੇ ਇੱਥੇ ਦੇ ਰਹਿਣ ਵਾਲੇ ਨਿਵਾਸੀ ਹੈ ਇਹਨਾਂ 'ਚ ਕੋਈ ਕਾਬਲੀਅਤ ਨਹੀਂ ਹੈ ਕਿ ਸਾਨੂੰ ਬਾਹਰ ਤੋਂ ਲੱਭ ਕੇ ਲਿਆ ਕੇ ਕੈਂਡੀਡੇਟ ਦੇਣਾ ਪੈ ਸਕਦਾ? ਕਿਉਂਕਿ ਰਾਜਪੁਰੇ 'ਚ ਬਹੁਤ ਇੰਟੈਲੀਜੈਂਟ, ਪੜ੍ਹੇ ਲਿਖੇ, ਇਮਾਨਦਾਰ ਸਾਰੇ ਤਰ੍ਹਾਂ ਦੇ ਲੋਕ ਹੈ। ਪਹਿਲਾਂ ਅਸੀਂ ਕਈ ਵਾਰ BJP ਦਾ ਹਲਕਾ ਹੋਣ ਕਰਕੇ ਟੰਡਨ ਸਾਹਿਬ ਨੂੰ ਜਿਤਾ ਕੇ ਭੇਜਿਆ, ਮੁੜ ਕੇ ਵਾਪਸ ਕਦੇ ਸਾਡੀ ਸਾਰ ਨਹੀਂ ਲਈ। ਪ੍ਰੇਮ ਗੁਪਤਾ ਜੀ ਨੂੰ ਪਹਿਲਾਂ ਜਿਤਾ ਕੇ ਭੇਜਿਆ, ਉਹਨਾਂ ਨੇ ਵਾਪਸ ਆ ਕੇ ਕਦੇ ਸਾਰ ਨਹੀਂ ਲਈ। ਹਮੇਸ਼ਾ ਹੀ ਬਾਹਰੀ ਕੈਂਡੀਡੇਟ ਇੱਥੋਂ ਜਿੱਤ ਕੇ ਚੱਲ ਜਾਂਦਾ ਹੈ, ਸਾਨੂੰ ਕੋਈ ਫਿਰ ਬਾਅਦ 'ਚ ਸਾਰ ਨਹੀਂ ਲੈਂਦਾ, ਲੁੱਟ ਕਸੁੱਟ ਕੇ ਨਿਕਲ ਜਾਂਦੇ ਹਾਂ। ਇਹ ਭੋਲੇ ਭਾਲੇ ਸ਼ਹਿਰ ਦੀ ਜਨਤਾ ਹੈ। ਇਸ ਕਰਕੇ ਮੇਰੀ ਤਾਂ ਇਹੀ ਸਾਰਿਆਂ ਨੂੰ ਬੇਨਤੀ ਹੈ, ਹਾਈ ਕਮਾਂਡ ਨੂੰ ਵੀ ਬੇਨਤੀ ਹੈ ਕਿ ਰਾਜਪੁਰੇ ਦਾ ਜੋ ਕੈਂਡੀਡੇਟ ਰਾਜਪੁਰੇ ਦਾ ਹੋਣਾ ਚਾਹੀਦਾ। ਸੀਨੀਓਰਿਟੀ ਪਾਰਟੀ ਨੂੰ ਪਤਾ ਹੈ, ਸੀਨੀਓਰਿਟੀ ਕਿਹੜਾ ਬੰਦਾ ਤੁਹਾਨੂੰ ਅੱਜ ਤੱਕ ਪਾਰਟੀ ਦੇ ਪਿੱਠ ਨਹੀਂ ਦਿਖਾਈ? ਕਿਉਂਕਿ ਕਈ ਬੰਦੇ ਆਉਂਦੇ ਆ ਪਾਰਟੀ 'ਚ, ਓਪਰਚੁਨਿਸਟ ਹੈ, ਮੌਕਾ ਪ੍ਰਸਤ ਹੈ, ਕਦੇ ਦੂਸਰੀ ਪਾਰਟੀ 'ਚ ਛਾਲ ਮਾਰਦੇ ਆ, ਫਿਰ ਵਾਪਸ ਆ ਜਾਂਦੇ ਆ। ਇਸ ਕਰਕੇ ਮੈਂ ਇਹ ਕਹਿੰਦਾ ਵੀ ਇਹ ਸਾਡਾ ਪਰਿਵਾਰ ਹੈ ਜਿਹੜਾ ਬਹੁਤ ਪੁਰਾਣਾ ਹੈ, ਪਾਰਟੀ ਨਾਲ ਜੁੜਿਆ ਹੋਇਆ। ਅਸੀਂ ਕਦੇ ਵੀ ਅਕਾਲੀ ਦਲ ਤੋਂ ਬਾਹਰ ਨਹੀਂ ਗਏ, ਨਾ ਕਦੇ ਪਾਰਟੀ ਦੇ ਵਿੱਚ ਰਹਿੰਦੇ ਹੋਏ ਵੀ ਗਲਤ ਦੂਸਰੇ ਪਾਸੇ ਜੁੜੇ ਹਾਂ ਕਿਸੇ ਨਾਲ, ਹਮੇਸ਼ਾ ਪਾਰਟੀ ਦੀ ਮੁੱਖ ਧਾਰਾ 'ਚ ਹੀ ਰਹੇ ਹਾਂ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਟਿਕਟ ਦੇ ਸਾਨੂੰ ਹੱਕ ਬਣਦਾ ਹੈ, ਸਾਨੂੰ ਟਿਕਟ ਦਿੱਤੀ ਜਾਏ। ਅਸੀਂ ਇਸ ਇਲਾਕੇ 'ਚ ਪਿੰਡ ਜਾਂ ਸ਼ਹਿਰ ਸਾਰੀ ਜਗ੍ਹਾ ਸਾਡੀ ਜਾਣ ਪਛਾਣ ਹੈ, ਕਿਉਂਕਿ ਟਰਾਂਸਪੋਰਟ ਬੱਸਾਂ ਦਾ ਕੰਮ ਹੈ, ਸਾਰੇ ਪਿੰਡ ਪਿੰਡ ਸਾਨੂੰ ਲੋਕ ਜਾਣਦੇ ਹੈ। ਤੁਸੀਂ ਪ੍ਰੇਮ ਗੁਪਤਾ ਜੀ ਦਾ ਨਾਮ ਲਿਆ, ਤੁਸੀਂ ਟੰਡਨ ਜੀ ਦਾ ਨਾਮ ਲਿਆ, ਤੁਸੀਂ ਹਰਦਿਆਲ ਸਿੰਘ ਕੰਬੋਜ ਜੀ ਦਾ ਨਾਂ ਨਹੀਂ ਲਿਆ, ਉਹਨਾਂ ਨੇ ਤੁਹਾਡੀ ਸਾਰ ਲਿੱਤੀ ਹੈ ਮੈਨੂੰ ਲੱਗਦਾ 5 ਸਾਲ। ਸਾਡੀ ਕੋਈ ਸਾਰ ਨਹੀਂ ਲਿੱਤੀ ਜੀ, ਉਹ ਵੀ ਬਾਹਰੀ ਕੈਂਡੀਡੇਟ ਹੈ। ਜੋ ਵੀ ਆਉਂਦਾ ਅਹਿਮਦ ਸ਼ਾਹ ਅਬਦਾਲੀ ਵਾਂਗੂ ਇੱਥੇ ਲੁੱਟ ਕਸੁੱਟ ਕੇ ਨਿਕਲ ਜਾਂਦਾ, ਮੁੜ ਕੇ ਕੋਈ ਨਹੀਂ ਪੁੱਛਦਾ ਕਾਹਦੀ ਸਾਰ ਲਈ ਹੈ ਜੀ। ਪੂਰੇ ਇਲਾਕੇ 'ਚ ਤਰਾਹੀ ਤਰਾਹੀ ਹੋਈ ਪਈ ਹੈ, ਸਹਿਮ ਦਾ ਮਾਹੌਲ ਹੈ। ਰਾਜਪੁਰੇ 'ਚ ਜਿੰਨੇ ਪਰਚੇ ਝੂਠੇ ਹੋਏ ਹੈ ਅੰਤ ਨਹੀਂ, ਜਿੰਨੀਆਂ ਜ਼ਮੀਨਾਂ ਰਾਜਪੁਰੇ 'ਚ ਇੱਥੇ ਗਵਨ ਹੋ ਰਿਹਾ ਹੈ, ਪੂਰੇ ਜਿਹੜੀਆਂ ਮਤੇ ਪਾ ਪਾ ਕੇ ਬੈਕ ਡੇਟ 'ਚ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਹੈ ਆਪਣੇ ਚਹੇਤਿਆਂ ਨੂੰ ਦਿੱਤੀਆਂ ਜਾ ਰਹੀਆਂ, ਆਪਣੇ ਚਹੇਤਿਆਂ ਦੇ ਨਾਵਾਂ 'ਤੇ ਕੀਤੀਆਂ ਜਾ ਰਹੀਆਂ, ਜਿੰਨੀਆਂ ਫੈਕਟਰੀਆਂ ਸ਼ਰਾਬ ਨਸ਼ਾ ਸਾਰਾ ਇੱਥੇ ਚੱਲ ਰਿਹਾ। ਕਿਉਂਕਿ ਜਿਹੜਾ ਬਾਹਰੋਂ ਬੰਦਾ ਆਉਂਦਾ ਇਕੱਲਾ ਇਕੱਲਾ ਆ ਜਾਂਦਾ, ਨਾ ਤਾਂ ਉਹਦਾ ਪਰਿਵਾਰ ਹੁੰਦਾ, ਜੇ ਉਹਦਾ ਪਰਿਵਾਰ ਹੋਏਗਾ ਉਹ ਨਸ਼ਿਆਂ ਤੋਂ ਦੂਰ ਰੱਖੇਗਾ, ਕਿਉਂਕਿ ਉਹਨੂੰ ਪਤਾ ਹੋਏਗਾ ਵੀ ਮੇਰਾ ਬੱਚਾ, ਮੇਰਾ ਭਾਈ ਬੰਦ, ਕੋਈ ਮੇਰਾ ਰਿਸ਼ਤੇਦਾਰ ਨਸ਼ਾ ਨਾ ਖਾਏ। ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੁੰਦਾ, ਐਡੇ ਐਡੀਆਂ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ, ਲੋਕ ਨਸ਼ੇ ਨਾਲ ਮਰੇ ਹੈ, ਉਹ ਕਹਿੰਦੇ ਆ ਵੀ ਅਸੀਂ ਬਹੁਤ ਵਿਕਾਸ ਕੀਤਾ, ਸਾਨੂੰ ਤਾਂ ਵਿਕਾਸ ਕਿਤੇ ਨਜ਼ਰ ਨਹੀਂ ਆਉਂਦਾ, ਸ਼ਹਿਰ ਦਾ ਬਹੁਤ ਵਿਨਾਸ਼ ਹੋਇਆ। ਪੂਰੇ ਸ਼ਹਿਰ 'ਚ ਜਿਹੜੇ ਬਹੁਤ ਵਧੀਆ ਵਪਾਰੀ ਲੋਕ ਹੈ, ਪਰਿਵਾਰ ਹੈ, ਇੱਥੇ ਬਹੁਤ ਸਹਿਮ ਦੇ ਮਾਹੌਲ 'ਚ ਜੀ ਰਹੇ ਹੈ। ਸਾਡੇ ਨਾਲ ਅੰਦਰੋਂ ਗਤੀ ਮੀਟਿੰਗਾਂ ਹੋ ਰਹੀਆਂ ਸਾਰਿਆਂ ਦੀਆਂ, ਉਹ ਕਹਿੰਦੇ ਹਲੇ 2-4 ਮਹੀਨੇ ਸਾਨੂੰ ਓਪਨ ਨਾ ਕਰੋ, ਜੇ ਤੁਸੀਂ ਸਾਡੇ ਨਾਲ ਖੜ੍ਹ ਕੇ ਫੋਟੋਆਂ ਵੀ ਖਿਚਾ ਲਈਆਂ ਤਾਂ ਸਾਡੇ 'ਤੇ ਪਰਚੇ ਦਰਜ ਹੋ ਜਾਂਦੇ, ਇੰਨਾ ਸਹਿਮ ਦਾ ਮਾਹੌਲ ਹੈ। ਇਹ ਕਾਹਦੀ ਰਾਜਨੀਤੀ ਹੈ? ਤੁਹਾਨੂੰ ਬਰਾਦਰੀ ਦੇ ਵੀ ਕਾਫੀ ਨੇੜੇ ਦੱਸਿਆ ਜਾਂਦਾ ਹੈ, ਤੁਸੀਂ ਬਰਾਦਰੀ ਦੇ ਵਿੱਚ ਵਿਚਰਦੇ ਹੋ, ਦੁੱਖ ਸੁੱਖੀ ਜਾਂਦੇ ਹੋ, ਉਹ ਕਿੰਨਾ ਕੁ ਤੁਹਾਡਾ ਸਾਥ ਦੇਗੀ, ਕਿਸ ਨਾਲ ਕਿਹਦੇ ਨਾਲ ਤੁਹਾਡਾ ਸੰਪਰਕ ਹੈ ਇਸ ਟਾਈਮ ਵੀ ਬਰਾਦਰੀ ਤੁਹਾਡੇ ਨਾਲ ਲੱਗੇਗੀ ਜੇ ਤੁਹਾਨੂੰ ਟਿਕਟ ਮਿਲ ਜਾਂਦੀ ਆਉਣ ਵਾਲੇ ਟਾਈਮ? ਦੇਖੋ, ਬਚਪਨ ਤੋਂ ਅਸੀਂ ਫਰੋਮ ਚਾਈਲਡਹੁੱਡ ਇੱਥੇ ਹੀ ਜੰਮੇ, ਇੱਥੇ ਹੀ ਪੜ੍ਹੇ, ਸਾਰੇ ਬੱਚੇ ਸਾਡੇ ਨਾਲ ਪੜ੍ਹਦੇ ਹੈ, ਸਾਰਿਆਂ ਦੇ ਦੁੱਖ ਸੁੱਖ ਨਾਲ ਸਾਡਾ ਸਾਂਝ ਹੈ। ਸਾਡਾ ਬਰਾਦਰੀ ਦਾ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਸਾਡੇ ਨਾਲ ਉਹਨਾਂ ਦੇ ਜਾਣ ਪਛਾਣ ਨਹੀਂ, ਹਰ ਇੱਕ ਦੇ ਦੁੱਖ ਸੁੱਖ 'ਚ ਵਿਆਹ ਸ਼ਾਦੀ 'ਚ ਸਾਡਾ ਆਉਣ ਜਾਣ ਹੈ। ਇਸ ਕਰਕੇ ਬਰਾਦਰੀ ਨਾਲ ਸਾਡਾ 9 ਮਾਸ ਦਾ ਰਿਸ਼ਤਾ, ਅਸੀਂ ਹਰੇਕ ਬਰਾਦਰੀ ਨਾਲ ਵਿਚਰਦੇ ਹਾਂ। ਇਸ ਕਰਕੇ ਸਾਨੂੰ ਇਹ ਬਹੁਤ ਮਾਣ ਹੈ ਕਿਉਂਕਿ ਬਰਾਦਰੀ ਸਾਡੇ ਦੇ ਨਾਲ ਹੈ ਬਿਲਕੁਲ। ਜੇ ਮੈਂ ਗੱਲ ਕਰਾਂ ਬਰਾੜ ਸਾਹਿਬ ਦੀ, ਪੋਲੀਟੀਕਲ ਸੈਕਟਰੀ ਹੈ ਸੁਖਬੀਰ ਸਿੰਘ ਬਾਦਲ ਦੇ, ਬਹੁਤ ਵੱਡਾ ਉਹਨਾਂ ਕੋਲ ਅਹੁਦਾ ਹੈਗਾ, ਉਹ ਰਾਜਪੁਰੇ 'ਚ ਆਏ, ਆਪਣੀ ਦਾਅਵੇਦਾਰੀ ਠੋਕ ਰਹੇ ਹਾਂ ਕਿ ਮੈਂ ਰਾਜਪੁਰੇ ਤੋਂ ਚੁਣਾਵ ਲੜਾਂਗਾ, ਅਤੇ ਲਗਾਤਾਰ ਉਹ ਸੰਪਰਕ ਵਿੱਚ ਵੀ ਹੈ ਸਾਰੇ ਵਰਕਰਾਂ ਦੇ, ਤੁਹਾਡੇ ਨਾਲ ਉਹਨਾਂ ਨੇ ਸੰਪਰਕ ਕੀਤਾ ਆ ਕੇ? ਦੇਖੋ, ਮੇਰੇ ਕੋਲ ਵੀ ਆਏ ਸੀ ਉਹ, ਮੈਂ ਉਹਨਾਂ ਨੂੰ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ ਸੀ ਵੀ ਬਰਾੜ ਸਾਹਿਬ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੈ, ਪਰ ਰਾਜਪੁਰਾ ਨੂੰ ਤੁਸੀਂ ਇੰਨਾ ਈਜ਼ੀ ਨਾ ਲਓ, ਇੱਥੇ ਗੁੰਝਲਦਾਰ ਹੈ, ਜੇ ਤੁਸੀਂ ਇਹਨੂੰ ਇੰਨਾ ਸੌਖਾ ਸਮਝ ਕੇ ਸਮਝਦੇ ਹੋ ਕਿ ਮੈਂ ਇੱਥੇ ਆਵਾਂਗਾ ਲੋਕ ਮੇਰੇ ਪਿੱਛੇ ਲੱਗ ਜਾਣਗੇ ਵੀ ਮੈਨੂੰ ਜਿਤਾ ਦੇਣਗੇ, ਬੜਾ ਮੁਸ਼ਕਿਲ ਹੈ। ਕਿਉਂਕਿ ਜੇ ਤੁਸੀਂ ਜਿਹੜਾ ਤੁਹਾਡਾ ਹਲਕਾ ਹੈ
ਤੁਸੀਂ ਸਾਰੇ ਪੰਜਾਬ ਦੇ ਜਾਣੂ ਆ, ਤੁਸੀਂ ਬਾਦਲ ਸਾਹਿਬ ਦੇ ਹੋਰ ਵੀ ਕਈ ਐਸ ਓ ਐਸ ਡੀ ਹੈ, ਪੀ ਏ ਹੈ, ਤੁਸੀਂ ਆਪਣੇ ਹਲਕੇ 'ਚ ਜਾ ਕੇ ਚੋਣ ਕਿਉਂ ਨਹੀਂ ਲੜਦੇ? ਕਿਉਂ ਰਾਜਪੁਰਾ ਹੀ ਤੁਸੀਂ ਤੁਹਾਡੀ ਪਹਿਲੀ ਪਸੰਦ ਬਣਿਆ ਵੈ? ਤੁਸੀਂ ਆਪਣੇ ਹਲਕੇ 'ਚ ਜਾਓ, ਤੁਹਾਡਾ ਉੱਥੇ ਆਧਾਰ ਹੋਏਗਾ, ਇੱਥੇ ਤੁਹਾਨੂੰ ਕੋਈ ਜਾਣਦਾ ਨਹੀਂ, ਜਾਣ ਪਛਾਣ ਨਹੀਂ, ਗੱਲ ਨਹੀਂ, ਬਾਤ ਨਹੀਂ, ਇਸ ਕਰਕੇ ਤੁਹਾਨੂੰ ਟਾਈਮ ਲੱਗੇਗਾ ਜਾਣ ਪਛਾਣ ਕਰਨ ਨੂੰ, ਇੰਨੇ ਨੂੰ ਸਮਾਂ ਹੀ ਖਤਮ ਹੋ ਜਾਏਗਾ। ਮਤਲਬ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਚੁਣਾਵ, ਜੇ ਰਾਜਪੁਰ ਤੋਂ ਚੁਣਾਵ ਲੜਦੇ ਹਾਂ ਤਾਂ ਸਮਾਂ ਘੱਟ ਹੈ ਲੜਨ ਵਾਸਤੇ? ਦੇਖੋ, ਸਮਾਂ ਵੀ ਘੱਟ ਹੈ, ਮੈਂ ਨਹੀਂ ਸਮਝਦਾ ਕਿ ਇੱਕ ਬੰਦਾ 5-6 ਮਹੀਨੇ 'ਚ ਆ ਕੇ ਆਪਣਾ ਸਾਰਾ ਪੈਰ ਜਮਾ ਸਕੇ। ਜਿਹੜੇ ਬੰਦੇ ਅਸੀਂ ਹੁਣ 60 ਸਾਲ ਦੀ ਉਮਰ ਹੈ, ਹੁਣ 60 ਸਾਲ ਹੋ ਗਏ ਰਾਜਪੁਰੇ 'ਚ ਰਹਿੰਦਿਆਂ ਨੂੰ, ਇੱਕ ਬੰਦਾ 2 ਮਹੀਨੇ ਪਹਿਲਾਂ ਆ ਕੇ, 4 ਮਹੀਨੇ ਪਹਿਲਾਂ ਆ ਕੇ, ਗੱਲ ਨਹੀਂ ਬਣਦੀ। ਪਹਿਲਾਂ ਵੀ ਆਏ ਹਾਂ ਆਪਣੇ ਬੀਜੇਪੀ ਤੋਂ, ਗਰੇਵਾਲ ਸਾਹਿਬ, ਨਹੀਂ ਗੱਲ ਬਣੀ। ਇਸ ਕਰਕੇ ਆਪਣਾ ਟਾਈਮ ਕੀਮਤੀ ਹੈ, ਕੋਈ ਆਪਣੇ ਹਲਕੇ 'ਚ ਜਾ ਕੇ ਆਪਣੇ ਕਿਸਮਤ ਨੂੰ ਅਜਮਾਉਣਾ ਚਾਹੀਦਾ, ਕਿਉਂਕਿ ਉਹ ਉੱਥੇ ਰਹਿੰਦੇ ਰਹੇ ਹੈ, ਸਾਰੇ ਲੋਕ ਉਹਨਾਂ ਨੂੰ ਜਾਣਦੇ ਹੈ, ਪਰ ਉਹ ਤਾਂ ਸਾਰੇ ਪੰਜਾਬ ਦੇ ਮਾਲਕ ਹੈ, ਜਿੱਥੇ ਮਰਜ਼ੀ ਜਾ ਕੇ ਲੜਨ। ਜੇ ਟਿਕਟ ਦੀ ਲੜਾਈ ਨੂੰ ਦੇਖਿਆ ਜਾਵੇ ਤਾਂ ਇਸ ਟਾਈਮ ਸਭ ਤੋਂ ਪਹਿਲਾਂ ਨਾਮ ਆ ਰਿਹਾ ਰਣਜੀਤ ਸਿੰਘ ਰਾਣਾ ਅਤੇ ਗੜੀ ਸਾਹਿਬ ਦਾ, ਜੋ ਟਿਕਟ ਦੀ ਲੜਾਈ ਲੜ ਰਹੇ ਹਾਂ ਅਸਲੀ, ਜਿੱਥੇ ਬਰਾੜ ਸਾਹਿਬ ਦੇ ਬੋਰਡ ਉਹਨੇ ਉਹਦੇ ਨਾਲ ਬੋਰਡ ਲਾ ਦਿੰਦੇ ਵੀ ਹਲਕਾ ਰਾਜਪੁਰ ਲੋਕਲ ਉਮੀਦਵਾਰ ਹੋਵੇ, ਲੋਕਾਂ 'ਚ ਕਿਸ ਤਰ੍ਹਾਂ ਦਾ ਮੈਸੇਜ ਜਾਂਦਾ? ਅਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ, ਜੋ ਗੜੀ ਸਾਹਿਬ ਅਤੇ ਰਾਣਾ ਸਾਹਿਬ ਦੀ ਲੜਾਈ ਚੱਲ ਰਹੀ ਹੈ ਟਿਕਟ ਪਿੱਛੇ, ਤੁਸੀਂ ਵੀ ਟਿਕਟ ਮੰਗ ਰਹੇ ਹੋ, ਅਤੇ ਹਾਈਕਮਾਨ ਨੂੰ ਦਿਖਦਾ ਕਿ ਲੜਾਈ 'ਚੋਂ ਸਭ ਤੋਂ ਅੱਗੇ ਚੱਲ ਰਹੇ ਹਾਂ ਇਸ ਟਾਈਮ, ਬੋਰਡ ਲਾ ਰਹੇ ਹਾਂ, ਉਹ ਵਿਰੋਧ ਕਰ ਰਹੇ ਹਾਂ ਬਰਾੜ ਸਾਹਿਬ ਦਾ, ਸਰੇਆਮ ਕਹਿ ਰਹੇ ਹਾਂ, ਗੜੀ ਸਾਹਿਬ ਨੇ ਇੰਟਰਵਿਊ ਦੇ ਵਿੱਚ ਸਾਫ਼ ਕਹਿਤਾ ਕਿ ਮੈਂ ਆਮ ਆਦਮੀ ਪਾਰਟੀ 'ਚ ਵੀ ਬਰਾੜ ਸਾਹਿਬ ਕਰਕੇ ਗਿਆ ਸੀਗਾ, ਜੇ ਬਰਾੜ ਸਾਹਿਬ ਨਾ ਆਉਂਦੇ ਮੈਂ ਆਮ ਆਦਮੀ ਪਾਰਟੀ 'ਚ ਨਾ ਜਾਂਦਾ, ਦੁਖੀ ਹੋ ਕੇ ਗਿਆ ਸੀਗਾ। ਤੁਸੀਂ ਕੀ ਕਹਿਣਾ ਚਾਹੋਗੇ ਰਣਜੀਤ ਸਿੰਘ ਰਾਣਾ ਅਤੇ ਗੜੀ ਸਾਹਿਬ ਬਾਰੇ? ਦੇਖੋ, ਸਾਰੇ ਪਾਰਟੀ ਦੇ ਜਿੰਨੇ ਵੀ ਅਹੁਦੇਦਾਰ ਵਰਕਰ ਸਾਹਿਬਾਨ ਹੈ, ਸਾਡੇ ਵਾਸਤੇ ਸਾਰੇ ਹੀ ਸਤਿਕਾਰਯੋਗ ਹੈ। ਅਸੀਂ ਕਿਸੇ ਦੇ ਟਿਕਟ ਬਾਰੇ ਕਿੰਤੂ ਪ੍ਰੰਤੀ ਨਹੀਂ ਕਰਦੇ, ਪਰ ਇਹ ਟਿਕਟ ਦੇਣੀ ਹਾਈਕਮਾਂਡ ਨੇ ਦੇਖਣਾ ਕਿ ਬੰਦੇ ਦੀ ਕੀ ਐਜੂਕੇਸ਼ਨ ਹੈ, ਬੰਦੇ ਦਾ ਕੀ ਪਿਛੋਕੜ ਹੈ, ਬੰਦਾ ਕਿੱਥੋਂ ਚੱਲ ਕੇ ਆ ਰਿਹਾ, ਕਿਆ ਪਾਰਟੀ ਨੂੰ ਕਿੰਨੀ ਵਾਰੀ ਧੋਖਾ ਦਿਆ ਬੰਦੇ ਨੇ, ਕਿਆ ਕ੍ਰੈਡੀਬਿਲਟੀ ਹੈ ਪਾਰਟੀ ਵਾਸਤੇ, ਕੀ ਕੀਤਾ, ਇਹ ਸਾਰੀਆਂ ਗੱਲਾਂ ਰੱਖ ਕੇ ਇਹਨਾਂ ਨੂੰ ਬਾਅਦ 'ਚ ਪਾਰਟੀ ਨੇ ਹਾਈਕਮਾਂਡ ਨੇ ਸੋਚਣਾ ਵੀ ਟਿਕਟ ਕਿਹਨੂੰ ਦੇਣੀ ਹੈ, ਕਿਹਨੂੰ ਨਹੀਂ ਦੇਣੀ। ਮੈਂ ਤਾਂ ਪਹਿਲਾਂ ਹੀ ਕਿਹਾ ਵੀ ਮੈਰਿਟ ਦੇ ਆਧਾਰ 'ਤੇ ਟਿਕਟ ਦੇਣੀ ਚਾਹੀਦੀ ਹੈ, ਬੰਦੇ ਦੀ ਵਿਨੇਬਿਲਟੀ ਦੇਖਣੀ ਚਾਹੀਦੀ ਹੈ, ਬੰਦੇ ਦਾ ਰਸੂਖ ਦੇਖਣਾ ਚਾਹੀਦਾ, ਕਿਉਂਕਿ ਸ਼ਹਿਰ 'ਚ ਵੋਟ, ਮਹਾਜਨ ਬੰਦੇ ਤੋਂ ਵੋਟ ਲੈਣੀ ਬੜੀ ਔਖੀ ਹੈ। ਚਲੋ, ਆਖਰੀ ਮੇਰਾ ਕੁਐਸਚਨ ਤੁਹਾਨੂੰ ਇਹੀ ਹੈ ਕਿ ਜੇ ਆਪਾਂ ਨੂੰ ਅਕਾਲੀ ਦਲ ਟਿਕਟ ਨਹੀਂ ਦਿੰਦਾ, ਲੋਕਲ ਬੰਦੇ ਨੂੰ ਦਿੰਦਾ, ਜੇ ਟਿਕਟ ਬਾਹਰਲੇ ਬੰਦੇ ਨੂੰ ਦੇਤੀ, ਤਾਂ ਫਿਰ ਆਪਾਂ ਜਿਹੜਾ ਰਾਜਪੁਰੇ ਤੋਂ ਕੋਈ ਲੋਕਲ ਔਰ ਕਿਸੇ ਪਾਰਟੀ ਦਾ ਉਮੀਦਵਾਰ ਖੜਾ ਹੋਏਗਾ, ਤੁਸੀਂ ਉਹਦੀ ਮਦਦ ਕਰੋਗੇ ਜਾਂ ਪਾਰਟੀ ਦੇ ਨਾਲ ਚੱਲੋਗੇ ਜੇ ਬਾਹਰਲੇ ਬੰਦੇ ਨੂੰ ਟਿਕਟ ਦੇ ਦਿੰਦੇ ਹਨ? ਦੇਖੋ ਜੀ, ਸਾਡਾ ਸਟੈਂਡ ਪੱਕਾ ਹੈ, ਹਮੇਸ਼ਾ ਅਸੀਂ ਪਾਰਟੀ ਨਾਲ ਹੀ ਖੜ੍ਹਦੇ ਆਏ ਹਾਂ, ਪਾਰਟੀ ਨਾਲ ਹੀ ਰਹਾਂਗੇ, ਪਾਰਟੀ ਸਾਡੀ ਮਾਂ ਪਾਰਟੀ ਹੈ। ਪਰ ਗੱਲ ਇੱਕ ਹੈ, ਅਸੀਂ ਇਹ ਪੂਰੇ ਆਪਣਾ ਕੇਸ ਹੈ ਨਾ, ਸਟਰੋਂਗਲੀ ਉੱਥੇ ਜਾਵਾਂਗੇ, ਸਾਡੇ ਐਡਵੋਕੇਟ ਵਕੀਲ ਹੈ ਜਿਹੜੇ, ਸਾਡੇ ਪ੍ਰਧਾਨ ਹੈ ਗਾਬੜੀਆ ਸਾਹਿਬ ਹੈ, ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਸਟਰੋਂਗਲੀ ਅਸੀਂ ਕੇਸ ਰੱਖਾਂਗੇ ਪਾਰਟੀ ਅੱਗੇ, ਇਹ ਹੋ ਹੀ ਨਹੀਂ ਸਕਦਾ ਕਿ ਸਾਡਾ ਕੇਸ ਮਨਜ਼ੂਰ ਨਾ ਹੋਏ। ਚਲੋ ਜੀ, ਧੰਨਵਾਦ ਜੀ। ਇਹ ਸੀਗੇ ਹਰਪਾਲ ਸਿੰਘ ਸਰਾਓ, ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ, ਬੜੇ ਸਟਰੋਂਗ ਤਰੀਕੇ ਦੇ ਨਾਲ ਹਾਈਕਮਾਨ ਦੇ ਕੋਲ ਆਪਣਾ ਕੇਸ ਰੱਖਿਆ, ਇਹਨਾਂ ਨੂੰ ਪੂਰੀ ਉਮੀਦ ਹੈ ਕਿ ਟਿਕਟ ਜਿਹੜੀ ਹੈ ਲੋਕਲ ਬੰਦੇ ਨੂੰ ਹੀ ਦਿੱਤੀ ਜਾਏਗੀ। ਜੇ ਬਾਹਰਲੇ ਬੰਦੇ ਨੂੰ ਵੀ ਟਿਕਟ ਦਿੰਦੇ ਆ ਤਾਂ ਇਹਨਾਂ ਦਾ ਕਹਿਣਾ ਇਹ ਹੈ ਕਿ ਅਕਾਲੀ ਦਲ ਦੀ ਹੀ ਜਿਹੜੀ ਹੈ ਮਦਦ ਕਰਨਗੇ। ਹੁਣ 2022 ਦੇ ਚੋਣ ਨੇੜੇ ਹੈ ਅਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਸਮੀਕਰਨ ਕੀ ਨਿਕਲ ਕੇ ਆਉਂਦੇ ਆ, ਕਿ ਅਕਾਲੀ ਦਲ ਦਾ ਕਿਹੜਾ ਉਮੀਦਵਾਰ ਪਾਰਟੀ ਸ਼ਹਿਰ ਹਲਕਾ ਰਾਜਪੁਰਾ ਤੋਂ ਉਤਾਰਦੀ ਹੈ ਅਤੇ ਕੌਣ ਜਿੱਤ ਕੇ ਜਿਹੜਾ ਹੈ 2022 ਦੇ ਵਿੱਚ ਉਰੇ ਦਾ ਵਿਧਾਇਕ ਬਣ ਕੇ ਲੋਕਾਂ ਦੀ ਆਵਾਜ਼ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਚੁੱਕੇਗਾ। ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 89 ਪੰਜਾਬ।